अज बड़ा खुशी का मकाम है कि अज पूरे हिंदुस्तान लिए बड़ी गर्व की गल है कि गुजरात स्टेट के सूरत शहर के जानते हो कि पहली बार 27 सीटा जी आम आदमी पार्टी लैके गई है। वो पार्टी जिन्हों एस्टैबलिश होया हाले सिर्फ 6-7 साल होए हैं और तुसी देखो कि कई ऐसा पुरानिया पार्टियां जिवें BJP पार्टी है, कांग्रेस पार्टी, इन्हों का इतिहास 100-100 साल तो भी ज़्यादा हैगा, मगर ये जित जड़ी सूरत दे विच हुई है आम आदमी पार्टी की, एक बड़ी वड्डी जित है और आने वाले टाइम नूं दर्शांदी है कि किस तरह बड़ी स्पीड दे नाल ये पार्टी ग्रो कर रही है। और इत्थे मैं बड़े गर्व नाल कहना चाहना कि वह दिन दूर नहीं जिस दिन पूरे नैशनल लैवल दे उत्ते आम आदमी पार्टी जितेगी और साडे अरविंद केजरीवाल जी जिहड़े आ ਉਹ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਜੀ ਗੁਜਰਾਤ ਚ ਖਾਤਾ ਖੁੱਲ ਗਿਆ, ਕਿੰਨੀ ਕੁ ਵੱਡੀ ਜਿੱਤ ਸਮਝਦੇ ਪੰਜਾਬ ਨੂੰ ਅੱਗੇ ਕਿਸ ਤਰ੍ਹਾਂ ਫਿਰ ਲਿਖਿਆ ਜਾਏ, ਕਿਉਂਕਿ ਮੈਂ ਲੋਕਲ ਬੋਡੀ ਦੀਆਂ ਚੋਣਾਂ ਚ ਜਿਹੜਾ ਆਮ ਆਦਮੀ ਪਾਰਟੀ ਨੂੰ ਇੰਨੀ ਬਹੁਮਤ ਨਹੀਂ ਮਿਲਦੀ। ਦੇਖੋ ਜੀ, ਲੋਕਲ ਬੋਡੀ ਜਿਹੜਾ ਇਲੈਕਸ਼ਨ ਹੁੰਦਾ ਹੈ ਉਹ ਹਮੇਸ਼ਾ ਰੂਲਿੰਗ ਪਾਰਟੀ ਦਾ ਇਲੈਕਸ਼ਨ ਹੁੰਦਾ ਹੈ। ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ 2016 ਦੇ ਵਿੱਚ ਵੀ ਅਕਾਲੀ ਦਲ ਬਹੁਤ ਜ਼ਿਆਦੀਆਂ ਲੋਕਲ ਬੋਡੀ ਦੀਆਂ ਸੀਟਾਂ ਲੈ ਗਏ ਸਨ ਤੇ ਉਹਨਾਂ ਨੇ ਉਦੋਂ ਬੜਾ ਪ੍ਰਚਾਰ ਕੀਤਾ ਸੀ ਜੀ। 2017 ਦੇ ਵਿੱਚ ਜਿਹੜੀ ਆ ਉਹ ਅਕਾਲੀ ਦਲ BJP ਦੀ ਸਰਕਾਰ ਬਣੇਗੀ, ਅਕਾਲੀ ਦਲ BJP ਦੀ ਸਰਕਾਰ ਬਣੇਗੀ, ਮਗਰ 2017 ਦੇ ਵਿੱਚ ਤੁਸੀਂ ਦੇਖਿਆ ਕਿ ਸੁਪੜਾ ਸਾਫ ਹੋ ਗਿਆ ਸੀ ਆ ਅਕਾਲੀ ਦਲ BJP ਦਾ, ਸਿਰਫ ਤੇ ਸਿਰਫ 15 ਸੀਟਾਂ ਉਹਨਾਂ ਨੂੰ ਮਿਲੀਆਂ ਸੀ। ਉਹੀ ਹਾਲ 2022 ਦੇ ਵਿੱਚ ਕਾਂਗਰਸ ਦਾ ਤੇ ਬਾਕੀ ਪਾਰਟੀਆਂ ਦਾ ਹੋਣ ਜਾ ਰਿਹਾ ਔਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ 100% ਬਣੇਗੀ ਔਰ ਇੱਕ ਵਾਰੀ ਫਿਰ ਜਿਹੜਾ ਪੰਜਾਬ ਰੰਗਲਾ ਪੰਜਾਬ ਜਿਹੜਾ ਸਾਡਾ ਉਹ ਖੁਸ਼ਹਾਲ ਹੋਏਗਾ। ਸਤਾਈ ਸੀਟਾਂ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਇੱਕੋ ਹੀ ਪਾਰਟੀ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਖਲੋਤੀ ਹੈ। ਜਦੋਂ ਦੇ ਇਹ ਕਾਲੇ ਬਿੱਲ ਕਾਲੇ ਕਾਨੂੰਨ ਇਹ BJP ਸਰਕਾਰ ਲੈ ਕੇ ਆਈ ਹੈ, ਮੋਦੀ ਸਰਕਾਰ, ਉਸ ਦਿਨ ਤੋਂ ਹੀ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈ ਕਿਸਾਨਾਂ ਦੇ ਨਾਲ ਖਲੋਤੀ ਹੈ। ਬਾਕੀ ਤੁਸੀਂ ਸਾਰੇ ਜਾਣਦੇ ਹੋ ਕਿ ਪਰਸੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ 2 ਸਾਲ ਦੇ ਦਿੱਤੇ ਜਾਣ ਇਹਨਾਂ ਨੂੰ, ਮੋਦੀ ਸਰਕਾਰ ਨੂੰ। ਕਿਉਂ ਬਈ, ਕਿਉਂ 2 ਸਾਲ ਦੇ ਦਿੱਤੇ ਜਾਣ? ਇਹਨਾਂ ਚੀਜ਼ਾਂ ਤੋਂ ਇਹ ਪਤਾ ਚੱਲਦਾ ਹੈ ਕਿ ਇਹ BJP ਚਾਹੇ ਉਹ ਅਕਾਲੀ ਦਲ ਹੋਏ, ਚਾਹੇ BJP ਹੋਏ, ਚਾਹੇ ਕਾਂਗਰਸ ਸਰਕਾਰ ਹੋਏ, ਇਹ ਆਪਸ 'ਚ ਰਲੀਆਂ ਹੀ ਹੈ। ਪਿਛਲੇ 70 ਸਾਲਾਂ ਤੋਂ ਕਿਸਾਨਾਂ ਦਾ ਸ਼ੋਸ਼ਣ ਕਰ ਰਹੀਆਂ, ਮਗਰ ਇੱਕੋ ਹੀ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ ਲੋਕਾਂ ਨੂੰ ਆਪਣਾ ਭਵਿੱਖ ਨਜ਼ਰ ਆ ਰਿਹਾ, ਚਾਹੇ ਉਹ ਪੜ੍ਹਿਆ ਲਿਖਿਆ ਵਰਗ ਹੈ, ਚਾਹੇ ਉਹ ਮਜ਼ਦੂਰ ਵਰਗ ਹੈ, ਚਾਹੇ ਕਿਸਾਨ ਵਰਗ ਹੈ। ਹਿੰਦੁਸਤਾਨ ਦਾ ਕੋਈ ਵੀ ਇੰਡਸਟਰੀਅਲਿਸਟ ਹੈ ਉਹਨੂੰ ਜਿਹੜਾ ਆਪਣਾ ਭਵਿੱਖ, ਚਾਹੇ ਉਹ ਯੂਥ ਹੈ ਹਿੰਦੁਸਤਾਨ ਦਾ, ਉਹਨਾਂ ਨੂੰ ਭਵਿੱਖ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਨਜ਼ਰ ਆ ਰਿਹਾ। ਔਰ 2022 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣੇਗੀ ਔਰ 2024 ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਆਮ ਆਦਮੀ ਪਾਰਟੀ ਵਾਸਤੇ ਅੱਜ ਦਾ ਦਿਨ ਬਹੁਤ ਹੀ ਇਤਿਹਾਸਿਕ ਹੈ। ਅੱਜ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ 'ਚ ਦਿੱਲੀ 'ਚ ਸੀ ਔਰ ਅੱਜ ਇੰਡੀਆ ਦੇ ਦਰਵਾਜ਼ੇ ਖੁੱਲ੍ਹ ਗਏ ਹੈਗੇ। ਬਹੁਤ ਬੜੀ ਜਿੱਤ ਮਿਲੀ ਹੈਗੀ ਹੈ ਸੂਰਤ ਸ਼ਹਿਰ ਦੇ ਵਿੱਚ, ਜਿੱਥੇ ਕਾਂਗਰਸ ਬਿਲਕੁਲ 0 ਹੋ ਗਈ, ZDRO 0। ਔਰ ਸਾਨੂੰ ਪਹਿਲੀ ਵਾਰੀ ਇਲੈਕਸ਼ਨ ਲੜ ਰਹੇ ਸੀ ਗੁਜਰਾਤ ਸੂਰਤ ਦੇ ਵਿੱਚ, 27 ਸੀਟਸ ਮਿਲੀਆਂ, ਸਾਡੇ ਵਾਸਤੇ ਬਹੁਤ ਵੱਡੀ ਜਿੱਤ ਹੈ। ਜਿਹੜਾ ਤੁਸੀਂ ਦੇਖ ਰਹੇ ਹੋ ਢੋਲ ਦੇ ਨਾਲ, ਨਗਾਰਿਆਂ ਦੇ ਨਾਲ, ਸਾਰੇ ਸਾਡੇ ਵਲੰਟੀਅਰਸ ਭੰਗੜਾ ਪਾ ਕੇ ਡਾਂਸ ਕਰਕੇ ਉਸ ਖੁਸ਼ੀ ਨੂੰ ਇਜ਼ਹਾਰ ਕਰ ਰਹੇ ਹੈ। ਹੁਣ ਅਸੀਂ ਥੋੜ੍ਹੀ ਦੇਰ ਬਾਅਦ ਹੀ ਇੱਥੋਂ ਹਾਲਗੜ੍ਹ ਜਾ ਰਹੇ ਹੈਗੇ ਅਤੇ ਲੱਡੂ ਲੈ ਕੇ ਸਾਰਿਆਂ ਨੂੰ ਅਸੀਂ ਇਸ ਸ਼ਹਿਰ ਦੇ ਅੰਮ੍ਰਿਤਸਰ ਵਾਸੀਆਂ ਨੂੰ ਆਪਣੀ ਖੁਸ਼ੀ ਸ਼ਾਮਿਲ ਕਰਨਾ ਚਾਹ ਰਹੇ ਹਾਂ। ਅਸੀਂ ਸਭ ਨੂੰ ਲੱਡੂ ਵੰਡਣ ਜਾ ਰਹੇ ਹਾਂ। ਸਰ, ਬਹੁਤ ਦੁੱਖ ਦਾ ਦਿਨ ਹੈਗਾ, ਲੇਕਿਨ ਮੇਰੇ ਸਰ ਨਾਲ 'ਚ ਨਹੀਂ ਸੀ, ਤੁਹਾਡੇ ਜ਼ਾਹਿਰੀ ਪਤਾ ਲੱਗਾ ਹੈਗਾ, ਤੋ ਅਸੀਂ ਡੈਫੀਨੇਟਲੀ ਮੈਂ ਇਸ ਗੱਲ ਨੂੰ ਕਹਾਂਗਾ
कि जो ढोल है हूँ इस तो बाद स्लो कर दिया जाएगा उन्होंने ओनर के भी असर ओनर नहीं मेरे को मिस है मेरे को मिस है ठीक है सॉरी फॉर डैट तो बिल्कुल तुहाडा हैगा साढ़े बहुत ही मान योग ने बहुत ही शान ने पंजाब की तो असी इस सारे कम पंजाब भी है तो मैनू खुद ही बड़ा असले लगा झटका जिसे तुम मैं गल कही है तो ठीक है असी उन्होंने सपने उस दिशा च जा रहे हैं पूरे करने वास्ते साडे वालों सब तो वड्डी श्रद्धांजलि उही है कि असी पंजाब नू समाज नू क्यों सोच रहे सी असी सही दिशा दे पाईए।